28 ਨੂੰ ਸਵੇਰੇ ਡੀਸੀ ਦਫ਼ਤਰ ਸਾਹਮਣੇ ਉਹਨਾਂ ਦੇ ਦਰਬਾਰ ਮੂਹਰੇ ਬਾਸਮਤੀ ਸੁੱਟ ਕੇ ਪ੍ਰਦਰਸ਼ਨ ਕਰਾਂਗੇ ਵੀ ਆਹ ਚੱਕ ਲਓ ਪਹਿਲੋਂ ਕਿਸਾਨਾਂ ਨੂੰ ਆਲੂ ਸੁੱਟਦੇ ਤੁਸੀਂ ਦੇਖਿਆ ਹੋਣਾ ਵਾ ਕੌਣ ਜ਼ਿੰਮੇਵਾਰ ਹੈਗਾ। ਤੋ ਅਸੀਂ ਪਹਿਲੋਂ ਵੀ ਮੋਰਚਾ ਲਾ ਕੇ ਹਟੇ ਹਾਂ ਇਸ ਬਾ ਡਿੱਗਦੇ ਬਾਸਮਤੀ ਰੇਟਾਂ ਤੇ ਸਾਡੀ ਸਰਕਾਰ ਨੂੰ ਦਖਲ ਦੇਣ ਦੀ ਮੰਗ ਆ, ਨਹੀਂ ਤਾਂ 28 ਨੂੰ ਸਵੇਰੇ ਡੀਸੀ ਦਫ਼ਤਰ ਸਾਹਮਣੇ ਉਹਨਾਂ ਦੇ ਦਰਬਾਰ ਮੂਹਰੇ ਬਾਸਮਤੀ ਸੁੱਟ ਕੇ ਪ੍ਰਦਰਸ਼ਨ ਕਰਾਂਗੇ ਵੀ ਆਹ ਚੱਕ ਲਓ ਪਹਿਲੋਂ ਕਿਸਾਨਾਂ ਨੂੰ ਆਲੂ ਸੁੱਟਦੇ ਤੁਸੀਂ ਦੇਖਿਆ ਹੋਣਾ ਵਾ, ਤੁਸੀਂ ਪਹਿਲੋਂ ਸਬਜ਼ੀਆਂ ਸੁੱਟਦੇ ਦੇਖਿਆ ਹੋਣਾ, ਹੁਣ ਤੁਸੀਂ ਕਿਸਾਨਾਂ ਨੂੰ ਆਹ ਜਿਹੜੀਆਂ ਫਸਲਾਂ ਵਿਕਦੀਆਂ ਸੀ ਉਹਨਾਂ ਨੂੰ ਵੀ ਸੁੱਟਦੇ ਦੇਖ ਲਓਗੇ ਤਾਂ ਜੋ ਸਾਡੀ ਸੁੱਤੀ ਸਰਕਾਰ ਜਾਗੇ। ਅਸੀਂ ਮੀਡੀਆ ਨੂੰ ਵੀ ਕਹਿਣਾ ਚਾਹੁੰਦੇ ਵੀ ਜ਼ਰੂਰ ਮੰਡੀਆਂ 'ਚ ਜਾਣ ਜਾਵੇ ਮੀਡੀਆ, ਔਰ ਅੱਜ ਕਿਸਾਨ ਦੀ ਦੁਰਦਸ਼ਾ ਦੇਖੇ ਮੰਡੀਆਂ 'ਚ ਕੀ ਹੋ ਰਿਹਾ, ਕਿਵੇਂ ਰੁਲ ਰਿਹਾ। ਇਹਦੋ ਗਾਂ ਬੇਮੌਸਮੀ ਬਰਸਾਤ ਜਿਵੇਂ ਪੰਜਾਬ ਦੀਆਂ ਫਸਲਾਂ ਦਾ ਨੁਕਸਾਨ ਕਰ ਰਹੀ ਆ, ਤੋ ਜਿੱਥੇ ਬਰਸਾਤ ਨਾਲ ਚੈਨਲ ਕਹਿ ਰਹੇ ਗਰਮੀ ਘਟੀ ਆ ਬਾਈ, ਉੱਥੇ ਕਿਸਾਨਾਂ ਦੀ ਬਰਬਾਦੀ ਵੀ ਹੋ ਰਹੀ ਆ, ਇੱਧਰ ਵੀ ਜ਼ਰੂਰ ਖਬਰਾਂ ਦਿੱਤੀਆਂ ਜਾਣ। ਉੱਧਰ ਘੱਗਰ ਫਿਰ ਵੱਧ ਰਿਹਾ ਪਾਣੀ ਉਹਦਾ, ਇਹ ਵੀ ਸਮੱਸਿਆ ਸਾਡੇ ਸਾਹਮਣੇ ਆਉਣੀ ਆ। ਜਿਹੜੀ ਖਨੌਰੀ ਬਾਰਡਰ 'ਤੇ ਖੁਦਕੁਸ਼ੀ ਹੋਈ ਆ, ਜਿਹੜੀ ਉਹਦੇ ਕੇਂਦਰ ਸਰਕਾਰ ਦੋਸ਼ੀ ਆ, ਜੋ ਕੁਝ ਕੇਂਦਰ ਦੇ ਮੰਤਰੀ ਵਜ਼ੀਰ ਜਾਂ ਹੋਰ ਬਿਆਨਬਾਜ਼ੀ ਕਰਦੇ ਆ ਉਹ ਵੀ ਇਹ ਚੀਜ਼ਾਂ ਨੂੰ ਬੜਾਵਾ ਦਿੰਦੀਆਂ। ਉਸ ਪਰਿਵਾਰ ਨਾਲ ਸਾਡੀ ਸੰਵੇਦਨਾ ਵਾ, ਭਾਵੇਂ ਖੁਦਕੁਸ਼ੀਆਂ ਮਸਲਿਆਂ ਦਾ ਹੱਲ ਨਹੀਂ ਹੈਗੀਆਂ, ਤੋ ਇਸ ਕਰਕੇ ਅਸੀਂ ਕੇਂਦਰ ਨੂੰ ਕਹਿੰਦੇ ਹਾਂ ਵੀ ਸਾਡੀਆਂ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ। ਧੰਨਵਾਦ। ਮੈਂ ਸਰਵਣ ਸਿੰਘ ਪੰਦੇਰ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ। ਤੁਹਾਨੂੰ ਪਤਾ ਵਾ ਪਿਛਲੇ ਸਾਲ ਦੇ ਮੁਕਾਬਲੇ ਕਰਕੇ ਬਾਸਮਤੀ ਦੇ ਰੇਟ ਬਹੁਤ ਹੇਠਾਂ ਡਿੱਗੇ ਆ, 2200 ਰੁਪਈਏ ਤੋਂ ਵੀ ਹੇਠਾਂ ਰੇਟ ਜਾ ਰਿਹਾ। ਜਿਹੜੀ ਪਰਮਲ ਆ ਉਹਦੀ ਕੀਮਤ ਇਸ ਤੋਂ ਵੱਧ ਵਿਕ ਰਹੀ, ਅਤੇ ਸੁਪਰ ਫਾਈਨ ਕਿਸਮਾਂ 1509 ਜਾਂ 1692 ਉਹ ਹੇਠਾਂ ਵਿਕ ਰਹੀਆਂ ਨੇ। ਆਹ ਫਤਿਹਗੜ੍ਹ ਚੂੜੀਆਂ ਦੀ ਮੰਡੀ ਆ ਜੀ, ਅਸੀਂ ਕਿਸਾਨ ਨੂੰ ਪੁੱਛਦੇ ਅੱਜ ਬਾਸਮਤੀ ਦਾ ਰੇਟ ਕੀ ਆ। ਕੀ ਨਾਂ ਜੀ ਆਪਣਾ? ਹਰੀਕ ਸਿੰਘ। ਕਿਹੜਾ ਪਿੰਡ ਆ? ਰੀੜਾ ਪਿੰਡ। ਕੀ ਲੱਗਾ ਤੁਹਾਡੀ ਢੇਰੀ ਦਾ ਰੇਟ? ਤੁਹਾਡਾ 2400-2250 2250 ਰੁਪਈਆ, ਤੇ ਪਿਛਲੀ ਵਾਰ ਕਿੰਨੇ ਦਾ ਵੇਚ ਕੇ ਗਏ ਹੋ? 3600-3600 ਕੋਈ ਲੱਗਦਾ ਫਰਕ ਪੈ ਗਿਆ, ਘਾਟਾ ਪਿਆ? ਘਾਟਾ ਹੀ ਪਿਆ ਕਾਫੀ। ਅੱਛਾ, ਔਰ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਸੀ ਬਾਸਮਤੀ ਹੇਠ ਰਕਬਾ ਆਵੇ, ਨਵਾਂ ਜਿਹੜਾ ਖੇਤੀ ਨੀਤੀ ਦਾ ਖਲੜਾ ਉਹ 'ਚ ਵੀ ਕਹਿ ਰਹੇ ਨੇ ਵੀ ਬਾਸਮਤੀ ਨੂੰ ਪ੍ਰਮੋਟ ਕਰਾਂਗੇ, ਅੱਜ ਬਾਸਮਤੀ ਰੁਲ ਰਹੀ ਆ ਅਤੇ ਕੋਈ ਬੋਲਣ ਨੂੰ ਤਿਆਰ ਨਹੀਂ। ਜਿਹੜੇ ਕਹਿੰਦੇ ਸੀ MSP ਹੈ, MSP ਦੇਵਾਂਗੇ, MSP ਰਹੇਗੀ, ਉਹ ਤਾਂ ਸਾਨੂੰ ਮਾਰਨ ਨੂੰ ਤੁਲੇ ਹੋਏ ਕੇਂਦਰ ਵਾਲੇ। ਜਿਹੜੇ ਇਹ ਦਾਅਵਾ ਕਰਦੇ ਸੀ ਵੀ ਜਿਹੜੀ ਖਰੀਦ ਆ ਉਹਨੂੰ ਬਾਜ਼ਾਰ ਨਾਲ ਜੋੜ ਦਿਓ, ਪ੍ਰਾਈਵੇਟ ਮੰਡੀ ਦੇ ਨੁਕਸਾਨ ਕੀ ਹੁੰਦੇ ਆ ਅੱਜ ਪਤਾ ਲੱਗਦਿਆ। ਪਿਛਲੀ ਵਾਰ 3400-3500 ਰੁਪਈਆ ਸੀ, ਅਰ ਕੀ 1200 ਰੁਪਈਆ ਹੇਠ ਵਿਖ ਰਹੀ ਆ ਬਾਸਮਤੀ। ਠੀਕ ਹੈ, ਤੇ ਕੀ ਰੇਟ ਲੱਗਾ ਅੱਜ? ਅੱਜ ਲੱਗ ਗਿਆ ਜੀ ਸਾਡਾ 2460 ਰੁਪਈਏ ਰੇਟ। ਅੱਛਾ, ਪਿਛਲੀ ਵਾਰ ਕਿੰਨਾ ਸੀਗਾ? ਪਿਛਲੀ 1847 ਅਸੀਂ 3420 ਨੂੰ ਵੇਚ ਕੇ ਗਏ ਆ। ਠੀਕ ਹੈ ਜੀ, ਠੀਕ ਹੈ, ਤੇ ਹੁਣ ਲੱਗਦਾ ਵੀ ਬਹੁਤ ਘਾਟੇ ਜਾ ਰਹੀ ਆ। ਘਾਟਾ ਜੀ 25000 ਦਾ ਸਿੱਧਾ ਘਾਟਾ ਆ, ਜਿਹੜੇ ਬਚਣੇ ਉਹ ਘਟ ਗਏ ਆ।